ਤਕਤਰੀ ਕੇਸਗੜ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦਾ ਕੜਾ ਪ੍ਰਸ਼ਾਦ ਲਈ ਜਮ੍ਹਾਂ ਕਰਵਾਏ ਪੈਸਿਆਂ ਦਾ ਲੱਖਾਂ ਰੁਪਏ ਦਾ ਕਪਲਾ ਸਾਹਮਣੇ ਆਇਆ ਹੈ। ਕਈ ਮਹੀਨਿਆਂ ਤੋਂ ਹੋ ਰੇ ਇਸ ਕਪਲੇ ਸੰਬੰਧੀ ਜਿੱਥੇ ਅਧਿਕਾਰੀ ਪੂਰੀ ਤਰ੍ਹਾਂ ਅਣਜਾਣ ਸਨ ਉੱਥੇ ਹੀ ਜਾਂਚ ਕਰਨ ਵਾਲੇ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ ਅਧੀਨ ਚੱਲ ਰਹੇ ਤਕਤਰੀ ਕੇਸਗੜ ਸਾਹਿਬ ਵਿੱਚ ਰੋਜ਼ਾਨਾ ਆਉਣ ਵਾਲੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਆਪਣੀ ਆਸਥਾ ਨੂੰ ਮੂਕ ਰੱਖਦੇ ਹੋਏ ਕੜਾ ਪ੍ਰਸ਼ਾਦ ਨਕਦ ਰਕਮ ਦੇ ਕੇ ਸ਼੍ਰੋਮਣੀ ਕਮੇਟੀ ਦੇ ਕਾਊਂਟਰ ਤੋਂ ਲਿਆ ਜਾਂਦਾ ਹੈ ਅਤੇ ਤਖਤ ਸਹਿ ਵਿਖੇ ਛੁੜਾ ਦਿੱਤਾ ਜਾਂਦਾ ਹੈ ਸੋ ਇਸ ਤਰ੍ਹਾਂ ਕੜਾ ਪ੍ਰਸ਼ਾਦ ਦੀ ਪਰਚੀ ਤੋਂ ਹਰ ਸਾਲ ਇੱਥੇ ਲੱਖਾਂ ਰੁਪਏ ਬਣਦੇ ਹਨ ਪਰ ਬੀਤੇ ਦਿਨੀ ਅਜਿਹੇ ਮਾਮਲਾ ਸਾਹਮਣੇ ਆਇਆ ਕਿ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੱਲੋਂ ਕੜਾ ਪ੍ਰਸ਼ਾਦ ਤੋਂ ਹੋਣ ਵਾਲੀ ਵਟਤ ਨੂੰ ਜਮ੍ਹਾਂ ਹੀ ਨਹੀਂ ਕਰਵਾਇਆ ਗਿਆ ਇਸ ਮਾਮਲੇ ਦਾ ਉਸ ਸਮੇਂ ਪਤਾ ਲੱਗਾ ਜਦੋਂ ਇਸ ਕੰਮ ਦਾ ਚਾਰਜ ਨਵੇਂ ਮੁਲਾਜ਼ਮ ਨੂੰ ਸੌਂਪਿਆ ਗਿਆ ਅਤੇ ਉਸ ਵੱਲੋਂ ਚਾਰਜ ਲੈਣ ਮੌਕੇ ਕੀਤੀ ਕੋਖ ਨਾਲ ਮਾਮਲਾ ਨਸ਼ਰ ਹੋ ਗਿਆ ਸੂਤਰਾਂ ਮੁਤਾਬਕ ਸ਼ਰਧਾਲੂਆਂ ਵੱਲੋਂ ਕੜਾ ਪ੍ਰਸ਼ਾਦ ਲਈ ਵਟਤ ਨੂੰ ਖੁਰਦ-ਬੁਰਦ ਕਰਨ ਜਾਂ ਜਮਾ ਨਾ ਕਰਵਾਉਣ ਦਾ ਸਿਲਸਲਾ 1 ਸਾਲ ਤੋਂ ਚੱਲ ਰਿਹਾ ਸੀ ਜਿਸ ਦੀ ਲੱਖਾਂ ਰੁਪਏ ਦੀ ਰਕਮ ਬੰਦੀ ਹੈ ਸੂਤਰਾਂ ਮੁਤਾਬਕ ਹੁਣ ਤੱਕ 4 ਲੱਖ ਰੁਪਏ ਦੇ ਕਰੀਬ ਬੰਦਤ ਮਲਾਜ਼ਮ ਵੱਲੋਂ ਜਮਾ ਨਹੀਂ ਕਰਵਾਇਆ ਗਿਆ ਜਿਸ ਦਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਪਤਾ ਨਹੀਂ ਲੱਗਾ ਇੱਕ ਪਲੱਸ ਬੰਦਤ ਮਲਾਜ਼ਮ ਦੀ ਸੇਵਾ ਮੁਕਤੀ ਤੋਂ 3-4 ਦਿਨ ਪਹਿਲਾਂ ਇਹ ਸਾਹਮਣੇ ਆਇਆ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਧਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ